ਵਿਵੇਕ ਰਾਮਾ ਸੁਆਮੀ ਜੀ ਕਹਿੰਦੇ ਇਹ ਵੀ ਜਿਹੜੇ ਵੀ ਇਲੀਗਲ ਇਮੀਗਰੈਂਟ ਆਏ ਵੇ ਆ ਉਹਨਾਂ ਨੂੰ ਮੈਂ ਵਾਪਸ ਭੇਜਣਾ ਹੀ ਭੇਜਣਾ ਦੇਸ਼ ਚੋਂ ਕੱਢਣਾ ਹੀ ਕੱਢਣਾ ਜਿਹੜੇ ਇਲੀਗਲ ਆਏ ਵੇ ਆ ਹੱਥ ਤੋਂ ਕਿ ਪਿੱਛੇ ਕਿਉਂ ਪਏ ਆ ਜੀ ਇਹਨਾਂ ਆ ਬਿਲਕੁਲ ਡਾਕਟਰ ਸਾਹਿਬ ਵਿਵੇਕ ਰਾਮਾ ਸੁਆਮੀ ਹੋਰੀ ਜਾਂ ਇਹਨਾਂ ਦੀ ਪਾਰਟੀ ਆਪਾਂ ਦੇਖਿਆ ਕਿ ਅਕਸਰ ਸਮੇਂ-ਸਮੇਂ ਤੇ ਇਦਾਂ ਦੇ ਬਿਆਨ ਦਿੰਦੀ ਆ ਰਹੀ ਆ ਤੇ ਜਿਹੜਾ ਤੁਸੀਂ ਹੱਥ ਤੋਂ ਦੀ ਗੱਲ ਕੀਤੀ ਹੈ ਇਹਦੇ ਵਿੱਚ ਆਉਣ ਵਾਲੇ ਇਲੈਕਸ਼ਨ ਇੱਕ ਫੈਕਟ ਹੋ ਸਕਦਾ ਵਿਵੇਕ ਰਾਮਾ ਸੁਆਮੀ ਹੁਣ ਨੇ ਇੱਕ ਵਾਰੀ ਫਿਰ ਤੋਂ ਇਲੈਗਲ ਇਮੀਗ੍ਰੈਂਟਸ ਦੇ ਉੱਤੇ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਵੀ ਵਿਲ ਸੈਂਡ ਯੂ ਬੈਕ ਸਾਰਿਆਂ ਨੂੰ ਡਿਪੋਰਟ ਕਰਨ ਦੀ ਗੱਲ ਕਹੀ ਹੈ ਦਰਅਸਲ ਫਾਰਮਰ ਜੀਓਪੀ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵਿਵੇਕ ਰਾਮਾ ਸੁਆਮੀ ਹੁਰੀ ਮਿਲਵਾਕੀ ਦੇ ਵਿੱਚ ਇੱਕ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਨੂੰ ਐਡਰੈਸ ਕਰ ਰਹੇ ਸੀਗੇ ਟਿਊਜ਼ਡੇ ਨਾਈਟ ਨੂੰ ਇਹ ਸਪੀਚ ਦੇ ਰਹੇ ਸੀਗੇ ਇਸ ਸਪੀਚ ਦੇ ਵਿੱਚ ਇਹਨਾਂ ਨੇ ਬੜਾ ਸਬ ਬੜੀ ਸਖਤ ਟਿੱਪਣੀ ਕੀਤੀ ਹੈ ਕਿ ਇਲੈਗਲ ਇਮੀਗ੍ਰੈਂਟਸ ਨੂੰ ਅਸੀਂ ਰਿਟਰਨ ਕਰਨਾ ਉਹਨਾਂ ਦੀਆਂ ਹੋਮ ਕੰਟਰੀਜ਼ ਨੂੰ ਉਹਨਾਂ ਨੂੰ ਕਿਹਾ ਕਿ ਇਲੀਗਲ ਮਾਈਗ੍ਰੈਂਟਸ ਨੂੰ ਮੇਰਾ ਮੈਸੇਜ ਹੈ ਕਿ ਤੁਹਾਨੂੰ ਵਾਪਸ ਭੇਜਾਂਗੇ ਜ਼ਰੂਰ ਭੇਜਾਂਗੇ ਹੀ ਭੇਜਾਂਗੇ ਅਸੀਂ ਉਹ ਕਹਿੰਦੇ ਕਿ ਤੁਹਾਡੇ ਕੈਰੈਕਟਰਸ ਨੂੰ ਜੱਜ ਨਹੀਂ ਕਰ ਰਹੇ ਅਸੀਂ ਨਹੀਂ ਕਹਿੰਦੇ ਕਿ ਤੁਸੀਂ ਮਾੜੇ ਹੋ ਚੰਗੇ ਹੋ ਸਾਡਾ ਇਹ ਦੇ ਬਾਰੇ ਕਹਿਣ ਦਾ ਕੋਈ ਹੱਕ ਵੀ ਨਹੀਂਗਾ ਪਰ ਇੱਥੇ ਗੱਲ ਰੂਲ ਆਫ ਲਾ ਦੀ ਹੈ ਇਹ ਰੂਲ ਆਫ ਲਾ ਕਰਕੇ ਹੀ ਯੂਐਸਏ ਯੂਐਸ ਦੀ ਫਾਊਂਡੇਸ਼ਨ ਹੈ ਨਹੀਂ ਹੈ ਰੂਲ ਆਫ ਲਾ ਤੇ ਉਹਦੇ ਤਹਿਤ ਤੁਹਾਡਾ ਜਿਹੜਾ ਇੱਥੇ ਵਰਡ ਯੂਜ਼ ਹੋ ਰਿਹਾ ਇਲੀਗਲ ਇਲੀਗਲ ਤੇ ਇਲੀਗਲ ਕੰਮ ਅਸੀਂ ਇੱਥੇ ਹੋਣ ਨਹੀਂ ਦੇਣਾ ਉਹਨਾਂ ਕਹਿੰਿਆ ਕਿ ਸਾਰੇ ਹੀ ਇਲੀਗਲ ਜਿਹੜੇ ਹੈਗੇ ਐ ਉਹ ਬੈਕ ਹੋਮ ਕੰਟਰੀਜ਼ ਦੇ ਵਿੱਚ ਡਿਪੋਰਟ ਹੋਣੇ ਚਾਹੀਦੇ ਆ ਤੇ ਇਹ ਡੈਪੋਟੇਸ਼ਨਸ ਜਿਹੜੀਆਂ ਹੈਗੀਆਂ ਥੀਸ ਡੈਪੋਟੇਸ਼ਨ ਵਿਲ ਮੇਕ ਅਮਰੀਕਾ ਗ੍ਰੇਟ ਅਗੇਨ ਉਹੀ 트੍ਰੰਪ ਦਾ ਜਿਹੜਾ ਸਲੋਗਨ ਆ ਜੀ ਮਾਗਾ ਉਹੀ ਇਹ ਗਾਉਂਦੇ ਨਜ਼ਰ ਆਇਆ ਲੀਗਲ ਮਾਈਗ੍ਰੈਂਟਸ ਨੂੰ ਉਹਨਾਂ ਨੇ ਕਿਹਾ ਕਿ ਰਾਮਾ ਸੁਆਮੀ ਹੋਰਾਂ ਨੇ ਕਿਹਾ ਕਿ ਤੁਸੀਂ ਮੇਰੇ ਪੇਰੈਂਟਸ ਵਰਗੇ ਹੋ ਜਿਹੜੇ ਲੀਗਲ ਹੈ ਉਹਨਾਂ ਨੇ ਆਪਣੇ ਇੰਡੀਅਨ origin ਪੇਰੈਂਟਸ ਦਾ ਹਵਾਲਾ ਦਿੱਤਾ ਜਿਹੜੇ ਕੇਰਲਾ ਤੋਂ ohio move ਹੋਏ ਸੀ 1980s ਦੇ ਵਿੱਚ ਸੋ ਕਲੀਅਰਲੀ ਇੱਥੇ ਡਿਫਰੈਂਸ਼ੀਏਟ ਵੀ ਕਰਦੇ ਨਜ਼ਰ ਆਇਆ वैसे जी अपन एक ਝਾਤ ਮਾਰ ਲਈਏ 2022 ਤੋਂ ਬਾਅਦ ਆਏ ਡਾਟਾ ਦੀ 2022 ਤੱਕ ਆਏ ਡਾਟਾ ਦੀ ਉਦੋਂ ਤੱਕ 11 ਮਿਲੀਅਨ ਲੋਕ ਇਲੀਗਲੀ ਰਹਿ ਰਹੇ ਸੀਗੇ ਉਸ ਤੋਂ ਬਾਅਦ 3 ਮਿਲੀਅਨ ਦਾ ਇਜਾਫਾ ਹੋਰ ਹੋਇਆ ਹੈ ਅੱਜ ਰਫਲੀ 14 14.5 ਮਿਲੀਅਨ ਜਿਹੜੇ ਲੋਕ ਆ ਉਹ ਇਲੀਗਲੀ ਯੂਐਸ ਦੇ ਵਿੱਚ ਰੈਸਾਈਡ ਕਰ ਰਹੇ ਆ ਬਿਲਕੁਲ ਜੀ ਜਿਵੇਂ ਆਪਾਂ ਪਹਿਲਾਂ ਵੀ ਜ਼ਿਕਰ ਕਰਦੇ ਹੁੰਨੇ ਆ ਵੀ ਲੋਕ ਥੋੜੇ ਜੇ ਜਿਵੇਂ ਆਪਾਂ ਕੈਨੇਡਾ ਦੀ ਖਬਰ ਕਰਕੇ ਹਟੇ ਆ ਵੀ ਇਲੈਕਸ਼ਨ 'ਚ ਵੋਟਾਂ ਤਾਂ ਆਪਾਂ ਜਿਹੜੀਆਂ ਪਾਉਣੀਆਂ ਹੈਗੀਆਂ ਸਟੂਡੈਂਟਾਂ ਨੇ ਤਾਂ ਪਾਉਣਗੀਆਂ ਨਹੀਂ ਜਿਹੜੇ ਬੁਲਾਏ ਆ ਜਾਂ ਤਾਂ ਉਹਨਾਂ ਦੀ ਵੋਟ ਪਾਟ ਤੇ ਜਿਹੜੇ ਇਲੀਗਲ ਇਮੀਗਰੈਂਟ ਆਏ ਆ ਜਿਹੜੇ ਨਵੇਂ-ਨਵੇਂ ਆਏ ਆ ਉਹਨਾਂ ਦੀ ਤਾਂ ਕੋਈ ਵੋਟਾਂ ਨਹੀਂ ਬਣੀਆਂ ਹੋਣੀਆਂ ਤੇ ਨਾ ਹੀ ਇਹਨਾਂ ਨੂੰ ਮਨ ਕੋਈ ਲੱਗਦਾ ਲਾਲਚ ਹੈਗਾ ਜਿਹੜੇ ਪੱਕੇ ਹੋ ਗਏ 6-7 ਸਾਲਾਂ ਦੇ ਉਹ ਕਿਤੇ ਨਾ ਕਿਤੇ ਆਪਦੇ ਮੂੰਹ ਹੀ ਕਹਿੰਦੇ ਆ ਵੀ ਭਾਈ ਇੱਥੇ ਇਹਨਾਂ ਨੇ ਆ ਕੇ ਸਾਡਾ ਕੰਮ ਖੋਲੇ ਫਲਾਨਾ ਕੋਲੇ ਚਾਹੇ ਆਏ ਉਹ ਵੀ ਇਲੀਗਲੀ ਆ ਫਿਰ ਇਹ ਧਾਰਨਾ ਤਾਂ ਮੈਨੂੰ ਨਹੀਂ ਲੱਗਦਾ ਬਹੁਤੇ ਲੋਕਾਂ ਦੀ ਉਹੀ ਰਹਿੰਦੀ ਆ ਵੀ ਭਾਈ ਇਹਨਾਂ ਨੇ ਸਾਨੂੰ ਕੰਮ ਦਿੱਤਾ ਸੀ ਜਾਂ ਕੁਝ ਹੋਇਆ ਵੀ ਇਹ ਨਵੇਂ ਨਹੀਂ ਹੋਣੇ ਚਾਹੀਦੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਵਟਸਐਪ ਬੰਦੇ ਦੇ ਨਾ ਮਾਈਂਡਸੈਟ ਜਿੱਦਾਂ ਦੇ ਸਰਕਲ ਦੇ ਵਿੱਚ ਰਹਿੰਦਾ ਜਾਂ ਜਿੱਦਾਂ ਦੇ ਹਾਲਾਤਾਂ ਦੇ ਵਿੱਚ ਰਹਿੰਦਾ ਉਹਨਾਂ ਨੂੰ ਦੇਖ ਕੇ ਚੇਂਜ ਹੁੰਦੇ ਨੇ ਵੈਸੇ ਕੁਝ ਗੱਲਾਂ ਤਾਂ ਹੈਗੀਆਂ ਕਈ ਸਾਰੇ ਲੋਕ ਨਾ ਜਦੋਂ ਆਪਾਂ ਇਲੈਗਲ ਇਮੀਗ੍ਰੈਂਟ ਵਰਡ ਯੂਜ਼ ਕਰਦੇ ਆ ਤਾਂ ਉਹ ਸੋਚਦੇ ਆ ਕਿ ਇੰਡੀਆ ਜਾਂ ਪੰਜਾਬ ਨੂੰ ਪੰਜਾਬ ਦੀ ਖਬਰ ਆ ਪਰ ਇੰਡੀਆ ਤੋਂ ਜਾਂ ਪੰਜਾਬ ਤੋਂ ਬਹੁਤ ਥੋੜੀ ਗਿਣਤੀ ਦੇ ਵਿੱਚ ਇਲੈਗਲ ਇਮੀਗ੍ਰੈਂਟਸ ਇੱਥੇ ਆਉਂਦੇ ਨੇ ਬਹੁਤ ਵੱਡੀ ਗਿਣਤੀ ਹੈ ਜਿਹੜੀ ਉਹ ਅਫਰੀਕਨ ਤੇ ਸਾਊਥ ਅਮਰੀਕਨ ਕੰਟਰੀਜ਼ ਦੀ ਹੈ ਮਿਲੀਅਨਸ ਦੇ ਵਿੱਚੋਂ ਜੇ ਇੰਡੀਅਨਸ ਦੀ ਗਿਣਤੀ ਕੱਢਣੀ ਹੋਵੇ ਤੇ ਮੈਨੂੰ ਲੱਗਦਾ ਕਿ ਕੁਝ ਕੁ ਹਜ਼ਾਰੇ ਹੀ ਨਿਕਲਣੀਆਂ ਬ੍ਰਾਟ ਸਾਹਿਬ ਸੋ ਇਹ ਜਿਹੜਾ ਵੱਡਾ ਫਰਕ ਪੈਣਾ ਉਹ ਸਾਊਥ ਅਮਰੀਕਨ ਦੇ ਜਿਹੜੀਆਂ ਕੰਟਰੀਜ਼ ਹੈਗੀਆਂ ਵੈਨਜ਼ੂਏਲਾ ਐਲਸਲਵਾਡੋਰ ਵਗੈਰਾ ਇਹਨਾਂ ਦੇ ਉੱਤੇ ਵੱਡੀ ਲਗਾਮ ਕੱਸਣ ਦੀ ਇਹ ਗੱਲ ਕਰਦੇ ਨੇ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਇਹਨਾਂ ਚੀਜ਼ਾਂ ਦੇ ਕਰਕੇ ਇਲੀਗਲ ਕੰਮ ਬਹੁਤ ਸਾਰੇ ਹੋ ਰਹੇ ਨੇ ਜਿੱਦਾਂ ਕਿ ਡਰਗ ਟ੍ਰੈਫਿਕਿੰਗ ਹਿਊਮਨ ਸਮਗਲਿੰਗ ਤੇ ਸਭ ਤੋਂ ਵੱਡੀ ਗੱਲ ਹੈ ਜਿਹੜਾ ਗਨ ਦੇ ਨਾਲ ਰਿਲੇਟਡ ਗਨ ਵਾਇਲੈਂਸ ਗਨ ਕਰਾਈਮ ਹੋ ਰਿਹਾ ਪਰ ਇਹਦੇ ਉੱਤੇ ਹਮੇਸ਼ਾ ਡੈਮੋਕ੍ਰੈਟਿਕ ਇਹੀ ਆ ਕੇ ਕਹਿੰਦੇ ਨੇ ਕਿ ਸਟੱਡੀ ਦੇ ਵਿੱਚ ਤੁਸੀਂ ਡਾਟਾ ਚੁੱਕ ਕੇ ਦੇਖ ਲਓ ਉਹਦੇ ਵਿੱਚ ਜਿਹੜੇ ਅਮਰੀਕਨਸ ਆ ਹਰ ਇੱਕ ਇਲੀਗਲ ਕੰਮ ਦੇ ਵਿੱਚ ਹਰ ਇੱਕ ਕਰਾਈਮ ਦੇ ਵਿੱਚ ਉਹਨਾਂ ਦੀ ਰੇਸ਼ਿਓ ਬਹੁਤ ਜ਼ਿਆਦੀ ਹੈ ਉਹਨਾਂ ਦੀ ਪਰਸੈਂਟੇਜ ਜ਼ਿਆਦੀ ਹੁੰਦੀ ਹੈ